राखो प्रभु भरोसा गुरसिख की पढ़ाई भरोसा है गुरसिख की पढ़ाई सिखिया विश्वास है यकीन है आसरा है टेक है ये नहीं पढ़ाई के ढोल घबरा और रजा है मालक दी रजा है रजा नू मन भरोसे च रहे मेरे कन्ना च ना छां छां दी आवाज बहुत आने लग पी मैं घबराया पहलो तो फिर मैं क्या हूँ पढ़ाओ इनू घबरा नहीं गा इनकी घबराहट नहीं करनी गुरु साहब नहीं कहते जदों सोच विचार छड़ती तो आवाज भी जहाज जहा चलना भी बंद हो गया नक् के गले के खून आने लग पाया जदों आवे तो मैं डोला घबरावा भी ये खून होने लग पे फिर मैं क्या छोड़ो इनकी घबराहट इनका ख्याल ही ना करो वो भी बंद हो गया अपने आप ब्लड प्रेशर बहुत बढ़न लग पाया घबराहट होने लगी भी इन्ना इन्ना कोई नुकसान ही ना करे जदों उनकी सोच विचार छड़ती तो वह भी अपने टिकाने पर खड़ गया फिर कोई दिन पहले शूगर ने चक्कर मारे 400 तो थले ही ना आवे पहले तो बड़ी घबराहट हुई मन डोलिया फिर मैं क्या भी सोच विचार छड़ो जिंदी वेलकम करिए ना जी आया जिन्हों आखी वह बैठता जिंदा सत्कार ही ना करो वो चला जाता करो उठ के इन्हों जियां आख्या करो दुख आन तकलीफा आन कोई भी आ जाने ख्याल ही ना दियो जदों की शुगर का भी ख्याल छड़ता एक छोटी जी गोली शुरू कर ली घटे ही ना उन्दे नाल मैं कहूँ उनका ख्याल ही छड़ो जदों भुल गए तो वह भी अपने टिकाने पर आ ये जिन्हें दुख तकलीफा शरीर वालू साढ़े भजते हैं ना ये गुरु साहब ने कहा है बाणी कि तू दुखा नू याद कर करके दुखी होना है तू सुनिए दुख पाप का नाश बाणी क्यों नहीं सुनता तू दुख भंजन हार दुख कट कट्टन वाले नू याद क्यों नहीं करता दीन दर्द दुख भंजना घट घट नाथ नाथ शरण तुम्हारी आयो नानक के प्रभ साथ दुख ओ ही ने जिन्हां नूं तुसीं याद करदे जी जिन्हां नूं चित्त ते तर लैंदे जी
ਜਿਨ੍ਹਾਂ ਨੂੰ ਚਿੱਤ ਤੇ ਨਾਣਾ ਧਰੋ ਉਹ ਦੁੱਖ ਨਹੀਂ ਹੁੰਦੇ। ਜਿੰਨਾ ਇਹਨਾਂ ਨੂੰ ਯਾਦ ਕਰੋਗੇ, ਜਿੰਨਾ ਇਹਨਾਂ ਦੀ ਘਬਰਾਹਟ ਮੰਨੋਗੇ, ਜਿੰਨਾ ਇਹਨਾਂ ਤੋਂ ਡਰੋਗੇ, ਉਨੇ ਵਾਧੇ ਜਾਣਗੇ। ਅਤੇ ਜੇ ਮਾਲਕ ਦੇ ਚਰਨੀ ਲੱਗ ਜਾਓਗੇ, ਸੌ ਕੱਤ ਡਰੇ ਜੇ ਖਸਮ ਸਮਾਰੇ। ਪੜੋ ਜੀ। ਡਰ ਡਰ ਬੱਚੇ ਮਨ ਮੁੱਖ ਵਿਚਾਰੇ। ਜੇ ਤਾਂ ਤੂੰ ਗੁਰਮੁਖੇ ਫਿਰ ਤਾਂ ਤੈਨੂੰ ਡਰਨਾ ਨਹੀਂ ਚਾਹੀਦਾ। ਜੇ ਮਨਮੁਖੇ ਫਿਰ ਡਰ, ਕਿਉਂਕਿ ਮਨਮੁਖਾਂ ਦੇ ਹਿੱਸੇ ਡਰਨਾ ਹੈ। ਉਹ ਡਰ ਡਰ ਕੇ ਮਨਮੁਖ ਵਿਚਾਰੇ ਜਿਹੜੇ ਨੇ ਉਹ ਬਸ ਖਤਮ ਹੋਈ ਜਾਂਦੇ ਆ ਡਰ ਡਰ ਵਿੱਚ ਹੀ। ਯਾਦ ਕਰ ਆਪਣੇ ਮਾਲਕ ਨੂੰ, ਅਗਲੀ ਪੰਕਤੀ ਦਾ ਖਿਆਲ ਕਰੋ। ਸ੍ਰੀ ਉਪਰ ਮਾਤ ਪਿਤਾ ਗੁਰਦੇ। ਤੇਰੇ ਸਿਰ ਦੇ ਉੱਪਰ ਤੇਰੇ ਮਾਂ ਪਿਓ, ਤੇਰੇ ਗੁਰਦੇਵ ਪਾਤਸ਼ਾਹ ਗੁਰੂ ਤੇਰੇ ਸਿਰ ਤੇ ਆ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ, ਬਹੁਤ ਵੱਡਾ ਪੰਡਿਤ ਵਿਦਵਾਨ, ਹਰ ਇੱਕ ਨੂੰ ਉਲਝਣਾ ਚ ਪਾ ਦਿੰਦਾ ਸੀ। ਸਮਾਂ ਆਇਆ ਕਿ ਪੰਡਿਤ ਹੀ ਉਲਝਣਾ ਚ ਪੈ ਗਿਆ। ਵਿਦਵਾਨਾਂ ਨਾਲ ਰਾਏ ਮਸ਼ਵਰਾ ਕੀਤਾ, ਕਿਸੇ ਜਵਾਬ ਨਾ ਦਿੱਤਾ। ਵੇਦਾਂ ਸ਼ਾਸਤਰਾਂ ਨੂੰ ਢੂੰਡਿਆ, ਜਵਾਬ ਹੀ ਨਾ ਮਿਲਿਆ। ਸਾਰੇ ਗ੍ਰੰਥ ਫੋਲੇ, ਗੱਲ ਦਾ ਜਵਾਬ ਨਾ ਮਿਲਿਆ। ਜਿਹੜਾ ਲੋਕਾਂ ਨੂੰ ਚੱਕਰਾਂ 'ਚ ਪਾਉਂਦਾ ਸੀ, ਆਪ ਚੱਕਰ 'ਚ ਪੈ ਗਿਆ। ਕਿਸੇ ਨੇ ਕਿਹਾ ਵੀ ਤੇਰੇ ਇਸ ਸਵਾਲ ਦਾ ਜਵਾਬ ਕੋਈ ਮਹਾਂਪੁਰਸ਼ ਦੇਵੇਗਾ। ਪੰਡਿਤ ਨੂੰ ਕਿਹਾ, ਇਹ ਪੜ੍ਹਿਆ ਲਿਖਿਆ ਵਿਦਵਾਨਾਂ ਦਾ ਕੰਮ ਨਹੀਂ, ਇਹ ਵਿਦਵਾਨਾਂ ਕੋਲ ਜਵਾਬ ਹੈ ਹੀ ਨਹੀਂ ਇਹਦਾ। ਤੇਰੇ ਸਵਾਲ ਦਾ ਜਵਾਬ ਮਹਾਂਪੁਰਸ਼ ਕੋਈ ਦੇਵੇਗਾ, ਜਿਹੜਾ ਪਰਮਾਤਮਾ ਨਾਲ, ਜਿਹੜਾ ਵਾਹਿਗੁਰੂ ਦੇ ਨਾਲ ਜੁੜਿਆ ਹੋਏਗਾ, ਜਿਹਨੂੰ ਆਪਣੇ ਜਿੰਦਾ ਖਸਮ ਹੋਏਗਾ, ਸਿਰ 'ਤੇ ਭਰੋਸਾ ਹੋਏਗਾ, ਉਹ ਜਵਾਬ ਦੇਗਾ। ਉਹ ਪੰਡਿਤ ਬਾਬਾ ਜੀ ਈਸ਼ਰ ਸਿੰਘ ਮਹਾਰਾਜ ਕਲੇਰਾਂ ਵਾਲਿਆਂ ਦਾ ਜਸ ਸੁਣ ਕੇ ਬਾਬਾ ਜੀ ਕੋਲ ਆਇਆ। ਜਦੋਂ ਆਇਆ ਨਾ, ਪਹਿਲਾਂ ਉਹਦਾ ਫੁਰਨਾ ਬਣਿਆ ਕਿ ਮਹਾਂਪੁਰਸ਼ ਜੇ ਹੋਣਗੇ ਨਾ ਪੂਰੇ ਅੰਤਰਜਾਮੀ, ਤੇ ਮੈਨੂੰ ਲੱਡੂਆਂ ਦਾ ਪ੍ਰਸ਼ਾਦ ਦੇਣਗੇ। ਬਾਬਾ ਜੀ, ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਚਨ ਸੁਣਾਇਆ। ਕਹਿੰਦੇ ਬਾਬਾ ਜੀ ਕਹਿਣ ਲੱਗੇ, ਕੁੰਦਨ ਆ ਡੱਬਾ ਲਿਆ ਲੱਡੂਆਂ ਦਾ, ਪੰਡਿਤ ਜੀ ਨੂੰ ਪ੍ਰਸ਼ਾਦ ਦੇਈਏ। ਕਹਿੰਦਾ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਜੇ। ਬਾਬਾ ਜੀ ਕਹਿੰਦੇ, ਅੰਤਰਜਾਮ ਤਾਂ ਨਹੀਂ, ਇਹ ਤਾਂ ਬਾਹਰ ਜਾਮ ਤਾਂ ਹੀ ਹੈ, ਅਸੀਂ ਆਇਆਂ ਨੂੰ ਪ੍ਰਸ਼ਾਦ ਦੇਣੇ ਹੀ ਆ। ਲੱਡੂ ਹੋਵੇ, ਬਰਫੀ ਹੋਵੇ, ਫਲ ਹੋਵੇ, ਕੋਈ ਹੋਵੇ, ਅਤੇ ਤੁਹਾਡੀ ਵੀ ਪੂਜਾ ਕਰਨੀ ਸੀ। ਇਹ ਅੰਤਰਜਾਮ ਤਾਂ ਨਹੀਂ ਗੀ। ਕਹਿਣ ਲੱਗਾ ਬਾਬਾ ਜੀ, ਮੈਂ ਇੱਕ ਉਲਝਣਾਂ ਵਿੱਚ ਪੈ ਗਿਆ। ਵੇਦ ਸ਼ਾਸਤਰ ਗ੍ਰੰਥ ਬਹੁਤ ਪੜ੍ਹੇ, ਬੜੇ ਵਿਦਵਾਨਾਂ ਕੋਲ ਵੀ ਗਿਆ, ਮੇਰੇ ਸਵਾਲ ਦਾ ਕਿਸੇ ਜਵਾਬ ਨਹੀਂ ਦਿੱਤਾ। ਬਾਬਾ ਜੀ ਕਹਿੰਦੇ, ਸਵਾਲ ਕੀ? ਕਹਿੰਦੇ, ਸਵਾਲ ਤਾਂ ਇਹ ਆ ਕਿ ਵੱਡੇ ਕਰਮ ਨੇ ਕਿ ਵੱਡੀ ਭਗਤੀ? ਕੋਈ ਕਿਸੇ ਗੱਲ 'ਤੇ ਜ਼ੋਰ ਦਿੰਦਾ, ਕੋਈ ਕਿਸੇ 'ਤੇ। ਕਰਮ ਵੱਡੇ ਆ ਕਿ ਭਗਤੀ ਵੱਡੀ? ਕਰਮਾਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਬਿਨਾਂ ਕਰਮ ਨਹੀਂ ਬਣਦੇ।
जे नहीं कर्मा च ते भगती नहीं हुंदी। भगती नहीं कीती ते कर्म नहीं बननी, कर्मा बिना भगती नहीं, भगती बिना कर्म नहीं, कर्मा बिना भगती नहीं, भगती बिना कर्म नहीं। ये तो चक्कर चली जाता है, मुकदा ही नहीं। वड्डा कौन इन्हां चों? वड्डी भगती है, भगती भी कर्मा बिना नहीं होती। वड्डे कर्म ने, कर्म भी भगती बिना नहीं बनते, एवं थोड़ा कर्म बन जाते। ये चक्कर पै गया। जिस तरह ये आके अंडा पहलो है कि मुर्गी पहलो है, ये सवाल सी अकबर ते बीरबल का भी, अंडा पहलो है कि मुर्गी पहलो है। मुर्गी होएगी तो अंडा देगी, अंडा होएगा तो अंडे चो बच्चा निकलेगा। चक्कर पै गया। बीज पहलो है कि ब्रिश पहलो है? ब्रिश तो बीज पैदा होंदा है, बीज तो ब्रिश पैदा होंदा है। कौन पहलो है? तेरी मेहर बिना साड़ी वाह कोई ना। एक तेरी मेहर बिना साड़ी वाह कोई ना, एक तेरी मेहर बिना साड़ी वाह कोई ना। बाबा जी तेरी मेहर बिना, बोला करो, एक तेरी मेहर बिना साड़ी वाह कोई ना, एक तेरी मेहर बिना साड़ी वाह कोई ना। तेरी मेहर बिना
मेहरबी।